इराक के मोसुल शहर पर इराकी सेना के कब्जे से भारत के उन 39 पीड़ित भारतीय परिवारों को विदेश मंत्री सुषमा स्वराज में अब विश्वास और गहरा हो गया है, क्योंकि पीड़ित परिवार की मांग है कि विदेश मंत्री अपने वायदे को पूरा करते हुए 2014 में लापता 39 भारतीयों को जल्द से जल्द भारत वापस लाए। जिन पीड़ित 39 परिवारों के घरों में पिछले 3 सालों से न दिवाली मनाई गई, न बहनों ने भाई को राखी बांधी और न बहनें चाहती हैं कि विदेश मंत्री उनका भाई लौटकर राखी पर विशेष तोहफा दे ताकि वो दिवाली पर भी घी के चिराग जला सके। फिलहाल बेटे के वापस आने की आस से बंधे परिवार अपने घरों में सजावट कर रहे हैं, चेहरों पर खुशी झलक रही है। अब देखना यह है कि क्या विदेश मंत्री पीड़ित परिवारों को राखी या दिवाली पर उनके बेटों को इराक से वापस लौटाकर खास तोहफा दे सकेगी। धर्मेंद्र कुमार मतलब बेटा वे ਅਸੀਂ ਉਹਨੂੰ ਮਤਲਬ ਵੀ ਬਾਹਰ ਭੇਜਿਆ ਸੀ, ਮਤਲਬ ਘਰ ਦੀ ਗਰੀਬੀ ਸੀ ਅਤੇ ਗਰੀਬੀ ਕਰਕੇ ਅਸੀਂ ਕਿਹਾ ਵੀ ਸਾਡੇ ਘਰ ਦੇ ਹਾਲਾਤ ਚੰਗੇ ਹੋਣਗੇ, ਗਰੀਬੀ ਕੱਟੀ ਜਾਏਗੀ ਅਤੇ ਚਲੋ ਸੌਖਾ ਕੰਮ ਹੋਏਗਾ, ਅਤੇ ਮਤਲਬ ਘਰ ਦੀਆਂ ਮਜਬੂਰੀਆਂ ਕਰਕੇ ਭੇਜਿਆ ਸੀ ਅਤੇ ਸਾਨੂੰ ਨਹੀਂ ਪਤਾ ਵੀ ਇਹ ਉੱਧਰ ਲੜਾਈ ਲੱਗ ਜਾਣੀ ਹੈ। ਅਜੇ ਥੋੜ੍ਹਾ ਚਿਰ ਹੋਇਆ ਸੀ ਗਏ ਨੂੰ, 6 ਮਹੀਨੇ, ਅਤੇ ਲੜਾਈ ਸ਼ੁਰੂ ਹੋ ਗਈ ਅਤੇ ਮੁੜ ਕੇ ਬਾਅਦ ਵਿੱਚ ਉਹਦਾ ਫੋਨ ਆ ਗਿਆ ਵੀ ਇੱਦਾਂ ਇੱਦਾਂ ਸਾਨੂੰ ਮਤਲਬ ਕੰਪਨੀ 'ਚੋਂ ਲੈ ਗਏ ਨੇ ਅੱਤਵਾਦੀਏ, ਅਤੇ ਮੁੜ ਕੇ ਬਾਅਦ ਵਿੱਚ ਅਸੀਂ ਫਿਰ ਉਹਨੂੰ ਫੋਨ ਕੀਤਾ ਵੀ ਕਿੱਦਾਂ ਵੇ ਕਿੱਥੇ ਵੇ ਤੂੰ, ਉਹਨੇ ਕਿਹਾ ਵੀ ਮਤਲਬ ਸਾਨੂੰ ਸ਼ਹਿਰੋਂ ਬਾਹਰ ਬਾਹਰ ਲਿਆਂਦਾ ਦਾ ਵੇ ਅਤੇ ਮਤਲਬ ਸਾਡੇ ਕੋਲ ਬੈਠੇ ਦੇ ਨੇ, ਸਾਨੂੰ ਉੱਦਾਂ ਵੈਸੇ ਕੁਛ ਨਹੀਂ ਉਹਨਾਂ ਨੇ ਕਿਹਾ। ਫਿਰ ਅਸੀਂ ਅਗਲੇ ਦਿਨ ਦੁਬਾਰਾ ਫੋਨ ਕੀਤਾ ਵੇ ਅਤੇ ਉਹਨੇ ਇਹੋ ਹੀ ਗੱਲ ਕਹੀ ਹੈ ਵੀ ਠੀਕ ਠਾਕ ਵਾਂ ਅਸੀਂ, ਅਤੇ ਮਤਲਬ ਸਾਡੇ ਕੋਲੋਂ ਆਉਣ ਦਾ ਕੋਈ ਸਾਧਨ ਨਹੀਂ ਹੈਗਾ, ਨਾ ਸਾਡੇ ਕੋਲ ਵਾਪਸ ਆਇਆ ਜਾਣਾ, ਸਾਨੂੰ ਪਤਾ ਨਹੀਂ ਉਹਨਾਂ ਨੇ ਕੀ ਕਹਿਣਾ ਕੀ ਨਹੀਂ ਕਹਿਣਾ, ਅਤੇ ਮਤਲਬ ਬਹੁਤ ਜ਼ਿਆਦਾ ਇਹਦੇ ਲੜਾਈ ਹੋ ਰਹੀ ਹੈ, ਬੰਬਬਾਰੀ ਚੱਲਣ ਡਈ ਦੀ ਹੈ। ਉਹਨਾਂ 'ਚ ਮੁੰਡਿਆਂ 'ਚੋਂ ਇੱਕ ਮੁੰਡਾ ਆਇਆ ਹਰਜੀਤ ਮਸੀਹ, ਅਤੇ ਉਹਨਾਂ ਆਣ ਕੇ ਇੱਧਰ ਝੂਠੀਆਂ ਹੀ ਖਵਾਵਾਂ ਡਾ ਦਿੱਤੀਆਂ ਨੇ ਵੀ ਉਹ ਮੁੰਡੇ ਹੈਨੀ ਗਏ, ਮਾਰੇ ਗਏ ਨੇ, ਅਤੇ ਅਸੀਂ ਤਾਂ ਬੜਾ ਮਨ 'ਚ ਦੁਖੀ ਹਾਂ। ਅਤੇ ਪਰ ਉਹ ਸੋਚੀਦਾ ਵੀ ਸੀ ਵੀ ਜੇ ਇਹ ਬਚ ਕੇ ਆ ਗਿਆ ਸੀ ਤਾਂ ਉਹ ਵੀ ਬਚ ਕੇ ਆ ਸਕਦਾ ਸੀ, ਅਤੇ ਸਾਨੂੰ ਤਾਂ ਆਸ ਅਸੀਂ ਤਾਂ ਉਦੋਂ ਦੀ ਰੱਖੀ ਦੀ ਹੈ। ਅਸੀਂ ਵਿਦੇਸ਼ ਮੰਤਰੀ ਕੋਲ ਵੀ 8-9 ਵਾਰੀ ਗਏ ਹਾਂ, ਉਹਨੂੰ ਉਹਦੇ ਅੱਗੇ ਬੇਨਤੀਆਂ ਕਰਦੇ ਹਾਂ, ਅਤੇ ਉਹਨੇ ਇਹੋ ਗੱਲ ਕਹੀ ਸੀ ਕੋਈ ਨਹੀਂ ਮੈਂ ਬੱਚਿਆਂ ਦਾ ਪਤਾ ਕਰਾਂਗੀ। ਫਿਰ ਹੁਣ ਅਸੀਂ ਮਹੀਨਾ ਹੋ ਗਿਆ ਸਾਨੂੰ ਪਿਛਲੀ 8 ਤਰੀਕ ਨੂੰ ਗਏ ਹਾਂ, ਉਹਨੇ ਕਿਹਾ ਮੈਂ ਕੋਈ ਗੱਲ ਨਹੀਂ ਮੈਂ ਤਾਂ ਪੂਰੀ ਤਿਆਰੀ ਕਰਨ ਡਈ ਦੀ ਹਾਂ ਉਹਨਾਂ ਨੂੰ ਲਿਆਉਣ ਵਾਸਤੇ, ਫਿਕਰ ਨਾ ਤੁਸੀਂ ਕਰੋ। ਅਤੇ ਹੁਣ ਸਾਨੂੰ ਖੁਸ਼ਖਬਰੀ ਇਹ ਹੋਈ ਹੈ ਮਤਲਬ ਸਰਕਾਰ ਵੱਲੋਂ ਵੀ ਉੱਧਰ ਸੈਨਾ ਨੇ ਕਬਜ਼ਾ ਕਰ ਲਿਆ ਉੱਥੇ ਇਰਾਕ 'ਚ, ਅਤੇ ਮਤਲਬ ਸਾਨੂੰ ਬਹੁਤ ਖੁਸ਼ੀ ਵਾਲੀ ਗੱਲ ਹੈ ਵੀ ਸਾਡੀ ਮੰਤਰੀ ਸੁਣੇਗੀ ਅਤੇ ਸਾਡੇ ਬੱਚਿਆਂ ਨੂੰ ਲਿਆਵੇਗੀ, ਅਤੇ ਸਾਨੂੰ ਬੜੀ ਚਾਅ ਵਾਲੀ ਗੱਲ ਵੇ। ਅਸੀਂ ਮਹਾਰਾਜ ਅੱਗੇ ਅਰਦਾਸ ਕਰਨ ਦੇ ਰਹੇ ਹਾਂ ਵੀ ਸਾਡੇ ਬੱਚੇ ਮਾਲਕ ਸੱਚਿਆ ਸਾਡੇ ਬੱਚੇ ਰਾਜੀ ਖੁਸ਼ੀ ਘਰ ਆਉਣ, ਅਤੇ ਸਾਨੂੰ ਇਹੋ ਹੀ ਬੇਨਤੀ ਹੈ ਵੀ ਮਤਲਬ ਸਾਡੇ ਬੱਚੇ ਰਾਜੀ ਖੁਸ਼ੀ ਘਰ ਆ ਜਾਣ। ਸਾਨੂੰ ਅਸੀਂ ਚਾਵਾਂ 'ਚ ਫਿਰਨ ਦੇ ਰਹੇ ਹਾਂ, ਅਸੀਂ ਘਰ ਦੀ ਸਾਫ਼ ਸਫਾਈ ਕਰਨ ਦੇ ਰਹੇ ਹਾਂ ਵੀ ਮਤਲਬ ਸਾਡੇ ਬੱਚਿਆਂ ਨੇ ਆਉਣਾ ਵੇ। ਸਾਡੀ ਸਰਕਾਰ ਅੱਗੇ ਬੇਨਤੀ ਹੈ ਮੰਤਰੀ ਅੱਗੇ ਪਿੱਛੇ ਜਿੰਨੀ ਵੀ ਛੇਤੀ ਤੋਂ ਛੇਤੀ ਹੋ ਸਕਦਾ ਬੱਚਿਆਂ ਨੂੰ ਲਿਆਵੇ ਮੰਤਰੀ। ਇਹਨਾਂ ਮੁੰਡਿਆਂ ਦੇ ਵਿੱਚੋਂ 40ਆਂ 'ਚੋਂ ਹਰਜੀਤ ਮਸੀਹ ਆਇਆ ਵੇ, ਅਤੇ ਉਹਨੇ ਆਣ ਕੇ ਇੱਥੇ ਕਹਿ ਦਿੱਤਾ ਵੀ ਮੈਂ ਆ ਗਿਆ ਵਾਂ, ਅਤੇ ਉਹ ਮੁੰਡੇ ਸਾਰੇ ਮਾਰੇ ਗਏ ਨੇ। ਅਸੀਂ ਇਹਦੇ 'ਤੇ ਵਿਸ਼ਵਾਸ ਨਹੀਂ ਕੀਤਾ, ਕਿਉਂ ਇਹ ਕਿਹੜਾ ਫਰਿਸ਼ਤਾ ਸੀ ਜਿਹੜਾ ਉੱਡ ਕੇ ਆ ਗਿਆ ਸੀ, ਅਤੇ ਇਹਨਾਂ ਮਤਲਬ ਇੱਦਾਂ ਇੱਦਾਂ ਦੀਆਂ ਝੂਠੀਆਂ ਖਵਾਵਾਂ ਡਵਾਈਆਂ। ਫਿਰ ਵੀਡੀਓ ਵਾਲਿਆਂ ਨੂੰ ਵੀ ਕਹਿੰਦਾ ਰਿਹਾ ਵੇ ਵੀ ਉਹ ਮਾਰੇ ਗਏ ਨੇ, ਉਹ ਮੈਂ ਬੜੀ ਮੁਸ਼ਕਲ ਬਚ ਕੇ ਆਇਆ ਵਾਂ, ਅਤੇ ਮੈਨੂੰ ਵੀ ਗੋਲੀ ਵੱਜੀ ਸੀ, ਅਤੇ ਮੇਰੇ ਲੱਕ ਦੀ ਕਹਿੰਦਾ ਮੇਰੇ ਲਾਗੋਂ ਦੀ ਲੰਘ ਗਈ ਹੈ। ਅਸੀਂ ਇਹਦੀ ਗੱਲ 'ਤੇ ਵਿਸ਼ਵਾਸ ਨਹੀਂ ਕੀਤਾ, ਅਸੀਂ ਮੰਤਰੀ ਦੀ ਵਿਸ਼ਵਾਸ 'ਤੇ ਸੁਸ਼ਮਾ ਸਵਰਾਜ ਦੀ ਗੱਲ 'ਤੇ ਵਿਸ਼ਵਾਸ ਕੀਤਾ, ਅਸੀਂ ਅੱਜ ਤੱਕ ਉਹਦੀ ਵਿਸ਼ਵਾਸ 'ਤੇ ਹੀ ਰਹੇ ਹਾਂ, ਅਤੇ ਚਲੋ ਹੁਣ ਵੀ ਸਾਨੂੰ ਉਹਦੇ 'ਤੇ ਹੀ ਵਿਸ਼ਵਾਸ ਵੇ ਵੀ ਸਾਡੇ ਬੱਚਿਆਂ ਨੂੰ ਲਿਆਏਗੀ, ਸਾਨੂੰ ਇਹਦੇ 'ਤੇ ਨਹੀਂ ਵਿਸ਼ਵਾਸ ਹੈਗਾ। ਇਸੇ ਕਰਕੇ ਇਹਦੇ 'ਤੇ ਝੂਠੀਆਂ ਖਵਾਵਾਂ ਡਾਂਦਾ ਸੀ, ਅਤੇ ਇਸੇ ਕਰਕੇ ਇਹਦੇ 'ਤੇ ਪਰਚਾ ਕੀਤਾ ਸੀ ਵੀ ਕਿਉਂ ਝੂਠੀਆਂ ਖਵਾਵਾਂ ਡਾਂਦਾ ਵੇ। ਤੂੰ ਜਿਹੜੀ ਗੱਲ ਸੀ ਮੇਨ ਗੱਲ ਵਿੱਚੋਂ ਦੱਸ ਵੀ ਮੈਂ ਕਿਸੇ ਤਰੀਕੇ ਨਾਲ ਵੀ ਚੋਰੀ ਸੱਪੀ ਜਿੱਦਾਂ ਵੀ ਹੋ ਸਕਿਆ ਵੀ ਮੈਂ ਆ ਗਿਆ ਵਾਂ, ਚਲੋ ਮੁੰਡੇ ਠੀਕ ਠਾਕ ਨੇ, ਇੱਦਾਂ ਦੀ ਨਾ ਖਵਾ ਡਵਾਉਂਦਾ, ਸਾਨੂੰ ਅਸੀਂ ਇਹਦੇ 'ਤੇ ਤਾਂ ਨਹੀਂ ਭਰੋਸਾ ਕੀਤਾ ਵੀ ਇਹ ਝੂਠਾ ਵੇ। ਧਰਮਿੰਦਰ ਕੁਮਾਰ ਬਾਹਰ ਗਿਆ ਸੀ, ਮੇਰਾ ਭਰਾ ਉਹਨੂੰ ਬਾਹਰ ਭੇਜਿਆ ਸੀ, ਘਰ ਦੀ ਗਰੀਬੀ ਬਹੁਤ ਸੀ ਇਸ ਲਈ ਬਾਹਰ ਭੇਜਿਆ ਉਹਨੂੰ। ਉੱਥੇ ਜਾ ਕੇ ਵੀ ਲੜਾਈ ਲੱਗ ਗਈ 14 ਜੂਨ ਨੂੰ, ਘਰ ਫੋਨ ਆਇਆ ਉਹਦਾ 14 ਜੂਨ ਨੂੰ ਵੀ ਸਾਨੂੰ ਅੱਤਵਾਦੀਆਂ ਨੇ ਕਬਜ਼ੇ 'ਚ ਲੈ ਲਿਆ, ਅਤੇ ਸਾਡੀ ਆਸ ਨਾ ਰੱਖਿਓ ਵੀ ਘਰ ਆ ਸਕੀਏ ਕਿ ਨਾ ਆ ਸਕੀਏ। ਸਾਨੂੰ 2 ਹੀ ਫੋਨ ਆਏ, ਇੱਕ ਪਹਿਲੋਂ ਕੀਤਾ 14 ਜੂਨ ਨੂੰ ਰਾਤ ਨੂੰ, ਅਤੇ ਬਾਅਦ 'ਚੋਂ ਫਿਰ ਅਸੀਂ ਫੋਨ ਕੀਤਾ 14 ਨੂੰ, ਅਤੇ ਕਹਿੰਦਾ ਸਹੀ ਸਲਾਮਤ ਆ, ਰੋਟੀ ਪਾਣੀ ਦਿੱਤਾ ਉਹਨਾਂ ਨੇ, ਸਾਨੂੰ ਬੰਦੀ ਬਣਾਇਆ ਵਾ। ਸਾਨੂੰ ਪਤਾ ਲੱਗਾ ਵੀ ਸਾਡਾ ਭਰਾ ਸਹੀ ਸਲਾਮਤ ਹੈਗਾ, ਵੀ ਉਹਨਾਂ ਲਈ ਆਉਣ 'ਚ ਅਸੀਂ ਤਿਆਰੀ ਰੱਖੀ ਆ। ਕੀ ਕਹਿਣਾ ਚਾਹੋਗੇ ਵਿਦੇਸ਼ ਮੰਤਰੀ?
ਦੇਸ਼ ਮੰਤਰੀ ਨੂੰ ਇਹੋ ਚੁੱਕ ਸਾਡੀ ਉਰਕਾਸ ਆ ਅਤੇ ਉਹਨੂੰ ਛੇਤੀ ਤੋਂ ਛੇਤੀ ਛਡਾਇਆ ਜਾਵੇ। ਉਹਦੀ ਅਸੀਂ ਬੜੀ ਖੁਸ਼ੀ ਮਹਿਸੂਸ ਕਰਨ ਡਿਆ ਕਿ ਸਾਡਾ ਭਰਾ ਵੀ ਘਰ ਆਵੇ। ਮੇਰੇ ਦੋ ਭਰਾ ਹੈ, ਧਰਮਿੰਦਰ ਕੁਮਾਰ ਸੋਟਾ ਮੇਰੇ ਤੋਂ ਵੱਡਾ ਵਾ, 4 ਸਾਲ ਹੋ ਗਏ, ਨਾ ਮੈਂ ਰੱਖੜੀ ਉਹਨੂੰ ਬੰਨੀ ਨਾ ਮੈਂ ਭੇਜ ਸਕੀ। ਹੁਣ ਅਗਲੇ ਮਹੀਨੇ ਰੱਖੜੀ ਆਉਣ ਵਾਲੀ, ਮੇਰੇ ਇਹੋ ਅਰਦਾਸ ਸੁਸਮਾਂ 'ਚ ਰਾਜਗਾਰੀ ਕਿ ਮੇਰੇ ਭਰਾ ਰੱਖੜੀ ਤੋਂ ਪਹਿਲਾਂ ਘਰ ਵਾਪਸ ਆਉਣਾ ਚਾਹੀਦਾ, ਮੈਂ ਅਗਲੇ ਵਾਰ ਰੱਖੜੀ ਬੰਨ ਸਕਾਂ। ਉਹਨੂੰ ਇਹੋ ਬੇਨਤੀ ਆ ਕਿ ਸਰਕਾਰ ਸਾਨੂੰ ਵਧੀਆ ਤੋਹਫ਼ਾ ਦੇਵੇ ਇਸ ਵਾਰ ਰੱਖੜੀ 'ਤੇ। ਘਰ ਦੇ ਵਿੱਚ ਤਿਆਰੀਆਂ ਚੱਲ ਰਹੀ ਆ, ਸਾਫ਼ ਸਫਾਈ ਕਰ ਰਹੇ ਹਾਂ ਕਿ ਮੇਰਾ ਭਰਾ ਆਉਣ ਵਾਲਾ ਹੈ ਰੱਖੜੀ ਬੰਨਣ ਦੀ ਤਿਆਰੀ 'ਚ। ਇਹੋ ਸਰਕਾਰ ਗਾੜੀ ਬੇਨਤੀ ਕਿ ਛੇਤੀ ਤੋਂ ਛੇਤੀ ਮੇਰਾ ਭਰਾ ਘਰ ਆਉਣਾ ਚਾਹੀਦਾ। ਆਜ਼ਾਦ ਟੀਵੀ ਨਿਊਜ਼ ਕੇ ਲਈ ਗੁਰਦਾਸਪੁਰ ਸੇ ਰਸ਼ਪਾਲ ਸਿੰਘ ਕੀ ਰਿਪੋਰਟ।